ਤਾਂ ਰਾਤ ਸਮੇਂ ਇੱਕ ਨੌਜਵਾਨ ਤਿੰਨ ਜਵਾਕਾਂ ਦੀ ਮਾਂ ਨੂੰ ਮਿਲਣ ਜਾਂਦਾ ਹੈ, ਜਿੱਥੇ ਮੌਕੇ 'ਤੇ ਪਰਿਵਾਰ ਦੇ ਵੱਲੋਂ ਉਸਨੂੰ ਕੁੱਟ ਕੁੱਟ ਕੇ ਅੱਧ ਮਰਿਆ ਕਰ ਦਿੱਤਾ ਗਿਆ। ਤਾਂ ਦੱਸ ਦਈਏ ਕਿ 14 ਸਾਲਾਂ ਤੋਂ ਇਸਦੇ ਮਹਿਲਾ ਦੇ ਨਾਲ ਸੰਬੰਧ ਸੀ। ਤਾਂ ਦੱਸ ਦਈਏ ਕਿ ਇਸ ਨੌਜਵਾਨ ਦੇ ਤਿੰਨ ਜਵਾਕਾਂ ਦੀ ਮਾਂ ਦੇ ਨਾਲ ਨਾਜਾਇਜ਼ ਸੰਬੰਧ ਸੀ, ਤਾਂ ਉਹ ਰਾਤ ਨੂੰ 12 ਵਜੇ ਉਸਨੂੰ ਘਰ ਦੇ ਵਿੱਚ ਮਿਲਣ ਗਿਆ ਸੀ। ਤਾਂ ਮੌਕੇ 'ਤੇ ਮਹਿਲਾ ਦਾ ਪਰਿਵਾਰ ਇਕੱਠਾ ਹੁੰਦਾ ਹੈ ਅਤੇ ਉਹਨਾਂ ਦੇ ਵੱਲੋਂ ਇਸ ਨੂੰ ਕੁੱਟ ਕੁੱਟ ਕੇ ਜ਼ਖਮੀ ਕਰ ਦਿੱਤਾ ਜਾਂਦਾ, ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਜ਼ਖਮੀ ਸ਼ਖਸ ਨੇ ਦੱਸਿਆ ਕਿ ਉਸਨੂੰ ਮਹਿਲਾ ਨੇ ਰਾਤ ਸਮੇਂ ਘਰ ਦੇ ਵਿੱਚ ਮਿਲਣ ਦੇ ਲਈ ਬੁਲਾਇਆ ਸੀ, ਪਰ ਮੌਕੇ 'ਤੇ ਉਸਦਾ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਅਤੇ ਉਹਨਾਂ ਦੇ ਵੱਲੋਂ ਉਸਨੂੰ ਕੁੱਟਿਆ ਗਿਆ। ਅਤੇ ਨਾਲ ਹੀ ਉਸਨੇ ਦੱਸਿਆ ਕਿ ਉਸਦੇ ਮਹਿਲਾ ਦੇ ਨਾਲ ਪਿਛਲੇ 14-15 ਸਾਲ ਤੋਂ ਸੰਬੰਧ ਨੇ, ਅਤੇ ਨਾਲ ਹੀ ਉਹ ਉਸਨੂੰ ਆਪਣੀ ਗਰਲਫ੍ਰੈਂਡ ਦੱਸਦਾ ਹੈ ਕਿ ਉਹ ਵਿਆਹੀ ਹੋਈ ਹੈ ਅਤੇ ਉਸਦੇ 3 ਬੱਚੇ ਵੀ ਨੇ, ਜਦਕਿ ਉਹ ਹਾਲੇ ਵੀ ਕੁਆਰਾ ਹੈ। ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਮਹਿਲਾ ਦੇ ਪਰਿਵਾਰ ਨੇ ਇਹ ਸ਼ਿਕਾਇਤ ਕੀਤੀ ਕਿ ਨੌਜਵਾਨ ਘਰ ਦੇ ਵਿੱਚ ਚੋਰੀ ਕਰਨ ਆਇਆ ਸੀ, ਤਾਂ ਜਦ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਮੌਕੇ ਤੋਂ ਭੱਜ ਜਾਂਦਾ ਹੈ ਅਤੇ ਰਸਤੇ ਦੇ ਵਿੱਚ ਕਿਤੇ ਡਿੱਗ ਗਿਆ, ਜਿਸ ਕਾਰਨ ਇਹ ਜ਼ਖਮੀ ਹੋ ਗਿਆ ਅਤੇ ਇਸਦੇ ਸੱਟਾਂ ਲੱਗਦੀਆਂ ਨੇ। ਤਾਂ ਪੁਲਿਸ ਦੇ ਵੱਲੋਂ ਹੁਣ ਦੋਨਾਂ ਤਰ੍ਹਾਂ ਦੇ ਬਿਆਨ ਦਰਜ ਕਰ ਲਏ ਨੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰ ਜੀ, ਸਨੀ ਕੁਮਾਰ ਕੀ ਗੱਲ ਹੋਈ? ਸਰ ਜੀ, ਰਾਤ 12 ਵਜੇ ਵੀ ਉਹਨੇ ਮੈਨੂੰ ਆਪਣੇ ਦਿਨੇ ਸੁਣਾ ਦਿੱਤਾ ਵੀ ਮੈਂ ਤੈਨੂੰ ਮਿਲਣਾ ਰਾਤ, ਮੈਂ 12 ਵਜੇ ਸੱਦ ਕੇ ਮੈਂ ਅੰਦਰ ਗਿਆ। ਸਰ ਜੀ, ਹੋਮ ਪਲੇਨ ਸਾਰੇ ਜੀ ਇਕੱਠੇ ਕੀਤੇ ਤੇ ਆਪਣੇ ਘਰ ਵਾਲੇ ਨੇ, ਉਹਨਾਂ ਨੇ ਸਰ ਜੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਵੱਢ ਟੁੱਕ ਕੀਤੀ ਆਪਣੇ, ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਬਾਹਰ ਜਾ ਕੇ ਵੀ ਇਹਨੂੰ ਮੈਂ ਮਾਰ ਕੇ ਵੀ ਸੁੱਟਦਾ। 12 ਵਜੇ ਦਾ ਸਰ ਜੀ ਇਹਨਾਂ ਨੇ ਵੱਢਿਆ ਸੜਕ ਦੇ ਉੱਤੇ ਸੁੱਟ ਛੱਡਿਆ ਸੀ। ਸਰ ਜੀ, ਮੇਰੀ ਗਰਲਫ੍ਰੈਂਡ ਜੀ ਵੇਹੀ ਦੀ। ਸਰ ਜੀ, ਨਹੀਂ ਸਰ ਮੈਂ ਕੁਆਰਾ। ਹਾਂਜੀ ਹਾਂਜੀ ਸਰ, ਸਰ ਜੀ 14-15 ਸਾਲ ਹੋ ਗਿਆ, ਸਾਰਿਆਂ ਨੂੰ ਪਤਾ ਪਿੰਡ 'ਚ ਵੀ ਇਹ, ਸਾਰਿਆਂ ਨੂੰ ਪਤਾ ਵੀ ਇਹ ਗੱਲਬਾਤ ਹੈ, ਉਹਨਾਂ ਨੂੰ ਆਪਣੇ ਨਿਆਣਿਆਂ ਤੱਕ ਦੱਸੇ ਦਾ ਉਹਨੇ। ਸਰ ਜੀ, 3 ਕੁੜੀ 2 ਕੁੜੀਆਂ ਇੱਕ ਮੁੰਡਾ ਛੋਟਾ ਉਹਨੇ। ਸਰ ਜੀ, 14-15 ਸਾਲ ਹੋ ਗਿਆ, ਤੁਹਾਨੂੰ ਪਤਾ ਮੈਂ ਵੀ ਸਿੰਨਾ ਕੰਮ ਕਰਦੇ ਪੈਸੇ ਤੇ ਦੇਈਦੇ ਸੀ, ਸਭ ਕੁਝ ਦੇਈਦਾ ਸੀ। 14-15 ਸਾਲ ਉਹਨੂੰ ਮੈਂ ਕਿਹਾ, ਮੈਂ ਤੂੰ ਆਪਣਾ ਘਰ ਆਪਣਾ ਵਸਾਲਾ ਨਹੀਂ ਤੇ ਮੈਨੂੰ ਕੀ ਬਣਨ ਲੱਗਣ ਦੇ? ਠੀਕ ਹੈ ਸਰ, ਮੇਰਾ ਸਾਡੀ ਆਪਣੀ ਦੁਕਾਨ ਹੀ ਕਾਰਪੈਂਟਰ ਦੀ, ਭਰਾ ਮੇਰਾ ਇਹੀ ਗੱਲੋਂ ਲੜ ਕੇ ਸਰ ਜੀ ਉਹ ਵੀ ਚੱਲ ਗਿਆ ਹਿਮਾਚਲ ਪੱਖਾ ਸੈੱਟ ਹੋ ਗਿਆ, ਨਾ ਮੇਰਾ ਕੋਈ ਮੰਮੀ ਡੈਡੀ ਨਾ ਕੋਈ ਸਰ ਹੈ ਮੈਨੂੰ ਕੋਈ ਸੰਭਾਲਣ ਵਾਲਾ, ਮੈਂ ਕੱਲ੍ਹ ਦਾ ਪਿਆ ਵਾਂ। ਹਾਂਜੀ, ਹਾਂਜੀ ਰਾਤੀ ਸਰ ਜੀ ਆਹੀ ਤੁਹਾਡੀ ਮੈਂ ਗੱਲ ਦੱਸੀ, ਇਹਨੇ ਬੁਲਾ ਕੇ ਵੀ ਇੱਦਾਂ ਤਾਂ ਘਰ ਵਾਲੇ ਨੇ ਉਸੇ ਜਦੋਂ ਮੈਂ ਅੰਦਰ ਗਿਆ ਨੇ ਬੁਲਾ ਕੇ ਅਤੇ ਉਹਦੇ ਘਰ ਵਾਲੇ ਆਪਣੇ ਭਰਾ ਨੂੰ ਆਵਾਜ਼ ਮਾਰ ਕੇ ਉਹਨਾਂ ਨੇ ਵੀ ਇੱਦਾਂ ਵੱਢ ਟੁੱਕ ਕੀਤੀ, ਦਾਤਰ ਦੁੱਤਰ ਮਾਰੇ ਸਾਰਿਆਂ ਨੇ ਆ ਕੇ ਦਾਤਰ, ਮੈਂ ਮੇਰੇ ਹੱਥ ਸਰ ਜੀ ਕੋਈ ਚੀਜ਼ ਨਹੀਂ, ਉੱਥੇ ਵੀਡੀਓ ਬਣੀ ਹੋਣੀ ਮੇਰੇ ਹੱਥ ਕੋਈ ਨਹੀਂ, ਵੇਖੋ ਤੁਹਾਨੂੰ ਵੀਡੀਓ ਆਪ ਹੀ ਲੱਗਣਾ ਕਿੰਨੇ ਜਣੇ। ਸਰ ਜੀ, 7-8 ਜਣੇ ਹੋਸਪਿਟਲ। ਸਰ ਜੀ, ਫਿਰ 12 ਵਜੇ ਤੋਂ ਲੜਾਈ ਹੋਈ, 12 ਵਜੇ ਤੋਂ ਲੈ ਕੇ 3:30 ਵਜੇ ਤੱਕ ਮੈਂ ਵਿਲਦਾ ਰਿਹਾ ਉੱਥੇ, ਇਹਨਾਂ ਨੂੰ ਪਾਣੀ ਤੱਕ ਨਹੀਂ ਪੁੱਛਿਆ। ਫਿਰ ਜਦੋਂ ਸਾਡੇ ਪਿੰਡ ਦੇ ਜਦੋਂ ਵਿੱਚ ਕੋਈ ਆਇਆ ਤਾਂ ਸਰ ਜੀ ਜਦੋਂ ਉਹਨਾਂ ਨੇ ਫਿਰ ਸ਼ਹਿਰ 'ਚ ਜਿੱਥੇ ਮੈਂ ਲੰਮੇ ਪਿਆ ਆਇਆ ਸਰ ਜੀ ਉੱਥੇ ਕੈਮਰੇ ਲੱਗੇ ਸੀ ਸਾਡੇ ਦੁਕਾਨ ਆ ਪਿੰਡ, ਉਹਨਾਂ ਨੇ ਦੁਕਾਨ 'ਤੇ ਉਹਨਾਂ ਨੇ ਕਿਹਾ ਵੀ ਉਹਨੂੰ ਮਾੜਾ ਜਿਹਾ ਸ਼ੈਟ ਸ਼ੂਟ ਜੇ ਕਰ, ਜਦੋਂ ਪੜੇ ਜਾਣਗੇ ਸਾਰੇ ਲੋਕ ਉਹਨਾਂ ਸਰ ਜੀ ਪੋਸਟ ਕੀਤੀ ਮਾਰਨ ਦੀ ਕਿ ਸਾਨੂੰ ਮਕਾਣਾ ਨੂੰ ਸਰ ਜੀ ਉੱਥੇ ਕੈਮਰੇ ਵਿਆ ਸਰ ਜੀ ਸਭ ਕੁਝ ਉੱਥੇ ਪਿਆ ਉੱਥੇ ਇਕੱਠੇ ਹੋ ਜੇ। ਸਰ ਜੀ, ਹੋਸਪਿਟਲ ਫਿਰ ਮੁਲਾਜ਼ਮ ਆਏ ਉਹਨਾਂ ਨੇ ਉਹਨਾਂ ਨੂੰ, ਹਾਂਜੀ ਸਰ ਜੀ ਉਹ ਦੁਆਲੇ ਉਹਨਾਂ ਦੇ ਉਹਦੇ ਬੰਦੇ ਦੇ ਵੀ ਤੂੰ ਉਹਨੂੰ ਮਾਰਨਾ ਆਪਣੇ ਮੁੰਡੇ ਦੀ ਹਾਲਤ ਵੇਖ ਕੀ ਕੀਤੀ ਦੀ ਆ, ਜੇ ਮਰ ਗਿਆ ਤੁਹਾਡੇ ਸਾਰਿਆਂ ਦਾ ਤੁਹਾਨੂੰ ਘਰਦਿਆਂ ਨੂੰ ਵੱਜਣਾ ਪੈਣਾ ਸਰ ਜੀ। ਫਿਰ ਉਹ ਦੁਆਲੇ ਪਾਣੀ ਤੱਕ ਨਹੀਂ ਸਰ ਜੀ ਦਿੱਤਾ ਮੁਲਾਜ਼ਮਾਂ ਨੇ ਆ ਕੇ ਉਹਦੇ ਦੁਆਲੇ ਹੋ ਕੇ ਪਾਣੀ ਉਹਨਾਂ ਸਰ ਜੀ ਬੋਤਲ ਮੰਗਾਈ। ਇਹ ਜੀ ਰਾਤੀ ਇੱਕ ਦਰਖਾਸਤ ਆਈ ਸੀ ਲੇਟ ਨਾਈਟ ਵੀ ਕੋਈ ਬੰਦਾ ਅਣ ਪਛਾਤਾ ਕਿਸੇ ਦੇ ਘਰ ਆਣ ਪਿਆ ਤੇ ਜਦੋਂ ਉਹਨਾਂ ਨੇ ਉਹਨੂੰ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਉੱਠਿਆ ਪਰਿਵਾਰ ਤੇ ਉਹ ਜਦੋਂ ਭੱਜਦੇ ਸਮੇਂ ਉਹਦੇ ਸੱਟਾਂ ਸੁੱਟਾਂ ਲੱਗੀਆਂ ਨੇ ਤੇ ਜਿਹਨੂੰ ਵੀ ਹਸਪਤਾਲ 'ਚ ਐਡਮਿਟ ਕਰਾਇਆ ਗਿਆ ਤੇ ਅੱਗੇ ਹੁਣ ਜਿਹੜੀ ਫਰਦਰ ਕਾਰਵਾਈ ਉਹ ਜਿਹੜਾ ਕੋਈ ਬਿਆਨ ਦਏਗਾ ਉਸ ਮੁਤਾਬਕ ਕੀਤੀ ਜਾਏਗੀ।